जंग ए आजादी वार मेमोरियल जो अकाली दल की सरकार के समय बनाया गया सी, तो हाड़े दे विचों किने किने देखिया? जेकर नहीं देखिया तो इसकी लोकेशन है लुधियाना तो अमृतसर रोड, जलंधर तो थोड़ा जा अगे करतारपुर के नेड़े ये बनया होया। तकरीबन 25 एकड़ की जगह दे विच जमीन के उपर इस बनाया गया, पर हुण विजिलेंस की इस दे उपर रेडार है, विजिलेंस की इस दे उपर निगाह है कि शायद इस बनाने कुछ गड़बड़ियां हुई, हेराफेरियां की गई फंडा के नाल, और इस दे विच एक वड्डे घोटाले हो सकते हैं जिसन लैके हुण विजिलेंस ने अपनी जांच आरंभ दी है। तो अज की रिपोर्ट इस दे उपर तैयार की हुई है कि आखिर जंग ए आज़ादी वार मेमोरियल दे विच की अजिहा हो सकता है जो विजिलेंस दे सामने आया, जां फिर इस दे विच की सियासी कोई खेड है। तो इस सारे तमाम असी वेरवे लैके हाज़र होए हां। तो विजिलेंस वालों जो जंग ए आज़ादी के प्रबंधकों नू नोटिस भेजे गए सी, तो उन्हां तों जवाब मंगण दे लई सोमवार उन्हां नू तलब किया गया सी। जंग ए आज़ादी मैमोरियल के प्रबंधकी सकत्तर लखविंदर सिंह जौल ਨੂੰ ਜਿਹੜਾ ਜਲੰਧਰ ਸਥਿਤ ਵਿਜੀਲੈਂਸ ਬਿਊਰੋ ਨੇ ਆਪਣੇ ਦਫ਼ਤਰ ਦੇ ਵਿੱਚ ਬੁਲਾਇਆ। ਸਵੇਰੇ 10:15 ਦੇ ਕਰੀਬ ਇਹਨਾਂ ਤੋਂ ਜਿਹੜੀ ਪੁੱਛਗਿੱਛ ਹੋਈ ਹੈ। DSP ਜਤਿੰਦਰ ਜੀਤ ਸਿੰਘ ਆਲਮਗੀਰ ਸਵੇਰੇ ਜਿਹੜੇ ਹੈ 10:15 ਦੇ ਕਰੀਬ ਆਪਣੇ ਦਫ਼ਤਰ ਦੇ ਵਿੱਚ ਪਹੁੰਚਦੇ ਹੈ, ਅਤੇ ਲਖਵਿੰਦਰ ਜੌਲ ਜੋ ਸਕੱਤਰ ਹੈ ਮੈਮੋਰੀਅਲ ਦੇ ਉਸ ਤੋਂ ਪੁੱਛਗਿੱਛ ਕਰਦੇ ਨੇ। ਫਿਰ DSP ਵਿਜੀਲੈਂਸ ਨੇ ਦੱਸਿਆ ਕਿ ਪ੍ਰਬੰਧਕੀ ਸਕੱਤਰ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਹੋਰ ਮੈਂਬਰਾਂ ਨੂੰ ਵੀ ਇਸ ਦੇ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਦਰਅਸਲ ਕੀ ਹੈ ਕਿ ਅੰਮ੍ਰਿਤਸਰ ਲੁਧਿਆਣਾ ਰੋਡ ਦੇ ਉੱਪਰ ਕਰਤਾਰਪੁਰ ਨੇੜੇ ਜੋ ਇਹ ਜੰਗ ਏ ਆਜ਼ਾਦੀ ਮੈਮੋਰੀਅਲ ਬਣਾਇਆ ਗਿਆ ਸੀ, ਇਸ ਨੂੰ ਅਕਾਲੀ ਦਲ ਦੀ ਸਰਕਾਰ ਨੇ ਆਪਣੇ ਸਮੇਂ ਦੇ ਵਿੱਚ ਬਣਾਇਆ। ਅਕਾਲੀ ਦਲ ਦੇ ਸਮੇਂ ਕੰਮ ਸ਼ੁਰੂ ਹੁੰਦਾ ਅਤੇ ਨਵੰਬਰ 2016 ਨੂੰ ਪੂਰਾ ਹੋ ਜਾਂਦਾ, ਜਿਸ ਤੋਂ ਬਾਅਦ ਲੋਕ ਅਰਪਿਤ ਕਰ ਦਿੱਤਾ ਜਾਂਦਾ। ਇਸ ਦਾ ਮਕਸਦ ਹੁੰਦਾ ਕਿ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਰੱਖਿਆ ਜਾ ਸਕੇ। ਟੈਕਨੋਲੋਜੀ ਦੇ ਨਾਲ ਨਾਲ ਅੱਗੇ ਵੱਧਦੇ ਹੋਏ ਇਸ ਪ੍ਰੋਜੈਕਟ ਨੂੰ ਵੀ ਪੂਰਾ ਕੀਤਾ ਗਿਆ ਸੀ। ਤਾਂ ਇਸ ਦੇ ਵਿੱਚ ਅਜੀਤ ਗਰੁੱਪ ਹੈਗਾ, ਇਸ ਦੇ ਮੁੱਖ ਸੰਪਾਦਕ ਡਾਕਟਰ ਬਰਿੰਦਰਜੀਤ ਸਿੰਘ ਹਮਦਰਦ ਦੀ ਦੇਖ ਰੇਖ ਹੇਠ ਇਹ ਸਾਰਾ ਜਿਹੜਾ ਹੈ ਪ੍ਰੋਜੈਕਟ ਸਿਰੇ ਚੜ੍ਹੇ ਗਏ ਸੀ। ਤਾਂ ਇਸ ਦਾ ਜ਼ਿਕਰ ਅਕਾਲੀ ਦਲ ਨੇ ਉਸ ਸਮੇਂ ਜ਼ਰੂਰ ਕੀਤਾ ਸੀ। ਇੱਕ ਵਾਰ ਅਸੀਂ ਉਹ ਸੁਣਦੇ ਹਾਂ 2016 ਦਾ ਸੁਖਬੀਰ ਸਿੰਘ ਬਾਦਲ ਦੀ ਸਪੀਚ। ਪੇਸ਼ ਵੀ ਕੀਤਾ ਅਤੇ ਦਿਖਾਇਆ ਅਤੇ ਖੂਬਸੂਰਤ ਵੀ ਬਣਾਇਆ। ਮੈਨੂੰ ਲੱਗਦਾ ਕੋਈ ਕਿਸੇ ਵੀ ਹਿੰਦੁਸਤਾਨ ਦੀ ਸਰਕਾਰ ਨੇ ਮੁੱਖ ਮੰਤਰੀ ਨੇ ਆਜ਼ਾਦੀ ਦੇ ਬਾਅਦ ਇਹੋ ਜਿਹੇ ਕੰਮ ਨਹੀਂ ਕੀਤੇ। ਮੈਨੂੰ ਤਾਂ ਆ ਵੀ ਯਾਦ, ਤੁਸੀਂ ਦੇਖੋਗੇ ਤੁਹਾਡੇ ਸਾਹਮਣੇ, ਮਤਲਬ ਕਿਸੇ ਵੀ ਮੁੱਖ ਮੰਤਰੀ ਨੇ ਇੱਕ ਵੀ ਚੀਜ਼ ਨਹੀਂ ਬਣਾਈ ਹੋਣੀ, ਜਿੱਥੇ ਮੁੱਖ ਮੰਤਰੀ ਬਾਦਲ ਸਾਹਿਬ ਨੇ ਸਾਰੇ ਸਿੱਖ ਇਤਿਹਾਸ ਅਤੇ ਸਾਰੇ ਆਪਣੇ ਕੁਰਬਾਨੀ ਦੇ ਇਤਿਹਾਸ ਨੂੰ ਇਕੱਠੇ ਕਰਕੇ ਵੱਖ ਵੱਖ ਜਗ੍ਹਾ 'ਤੇ ਦਿਖਾਇਆ। ਮੈਂ ਡਾਕਟਰ ਬਲਜਿੰਦਰ ਸਿੰਘ ਹਮਦਰਦ ਜੀ ਨੂੰ ਵਧਾਈ ਦੇਣਾ ਚਾਹੁੰਦਾ ਕਿ ਆਹ ਜਿਹੜਾ ਪ੍ਰੋਜੈਕਟ ਹੈ, ਆਹ ਇਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਆਪਣੇ ਕਮਾਂਡ ਥੱਲੇ ਲੈ ਕੇ ਇੱਕ ਇੱਕ ਚੀਜ਼ ਬਰੀਕੀ ਨਾਲ ਡਿਟੇਲ ਨਾਲ ਜਾ ਕੇ, ਜਿਵੇਂ ਆਪਣਾ ਕੋਈ ਕੰਮ ਪ੍ਰੋਜੈਕਟ ਕਰੀਦਾ ਹੁੰਦਾ, ਉਹਨਾਂ ਨੇ ਆਪਣੇ ਪ੍ਰੋਜੈਕਟ ਨਾਲੋਂ ਵੀ ਵੱਧ ਇਹਨੂੰ ਦੇਖ ਕੇ। ਇਹ ਤਾਂ ਵੱਡੀ ਗੱਲ ਹੈ, 2 ਸਾਲਾਂ ਦੇ ਅੰਦਰ ਅੰਦਰ ਐਡੇ ਵੱਡੇ ਪ੍ਰੋਜੈਕਟ 6-6, 7-7 ਸਾਲ ਲੱਗ ਜਾਂਦੇ ਹੈ ਪਰ ਖਤਮ ਨਹੀਂ ਹੁੰਦੇ। ਪਛਤਾ ਬਲਜਿੰਦਰ ਸਿੰਘ ਜੀ ਨੇ ਬੜੀ ਮਿਹਨਤ ਕੀਤੀ ਅਤੇ ਮੈਂ ਉਹਨਾਂ ਨੂੰ ਵਧਾਈ ਵੀ ਦੇਣਾ ਚਾਹੁੰਦਾ। ਹਾਲਾਂਕਿ ਬਾਅਦ ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਡਾਕਟਰ ਬਰਜਿੰਦਰ ਸਿੰਘ ਹਮਦਰਦ ਵੱਲੋਂ ਮੈਂਬਰ ਸਕੱਤਰ ਅਤੇ ਐਗਜ਼ੀਕਿਊਟਿਵ ਕਮੇਟੀ ਦੇ ਮੁਖੀ ਦੇ ਤੌਰ ਦੇ ਉੱਪਰ ਆਪਣਾ ਅਸਤੀਫਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਭੇਜ ਦਿੱਤਾ ਜਾਂਦਾ, ਪਰ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਇਹ ਸਵੀਕਾਰ ਨਹੀਂ ਸੀ ਕੀਤਾ। ਹੁਣ ਇਸ ਮੁੱਦੇ 'ਤੇ ਖੂਬ ਸਿਆਸਤ ਹੋ ਰਹੀ ਹੈ ਔਰ ਸਵਾਲ BJP ਨੇ ਚੱਕਿਆ ਹੈ ਕਿ ਅਜੀਤ ਗਰੁੱਪ ਦੇ ਨਾਲ ਰੇੜਕਾ ਕੱਢਣ ਦੇ ਲਈ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਜਿਹੀ ਹੁਣ ਜਾਂਚ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ। ਸੁਨੀਲ ਜਾਖੜ ਸੁਣਦੇ ਹਾਂ। ਦੇਖੋ ਆਹ ਜੋ ਕੁਛ ਹੋ ਰਿਹਾ ਅੱਜ ਜੰਗੇ ਆਜ਼ਾਦੀ ਦੇ ਉੱਤੇ ਜਿਸ ਕਿਸਮ ਦੇ ਆ ਵਿਵਹਾਰ, ਇਸ ਸ਼ਹੀਦਾਂ ਦੇ ਰੰਗ ਜਿਹੜੇ ਭੰਗਵੇਂ ਪਾਈ ਫਿਰਦੇ ਹੈ, ਉਹ ਸ਼ਹੀਦਾਂ ਦੇ ਨਾਲ ਜੋ ਕੁਛ ਕਰ ਰਹੇ ਉਹ ਉਹਨਾਂ ਦਾ ਅਸਲ ਚਿਹਰਾ ਸਾਹਮਣੇ ਆ ਰਿਹਾ ਸਰ। ਆਹ ਆਪਣੀ ਫਰਸਟ੍ਰੇਸ਼ਨ ਭਗਵੰਤ ਮਾਨ ਜੀ ਇਸ ਰਾਹੀਂ ਕੱਢ ਰਹੇ ਹੈ। ਉਹ ਕਹਿੰਦੇ ਨਾ ਖਿਸਿਆਣੀ ਬਿੱਲੀ ਖੰਭਾ ਨੋਚੇ। ਮਸਲਾ ਹੈ ਹਮਦਰਦ ਸਾਹਿਬ ਨੇ ਇਹਨਾਂ ਦੇ ਝੂਠਾ ਪ੍ਰਚਾਰ, ਕੂੜ ਪ੍ਰਚਾਰ ਕਰਨ ਤੋਂ ਮਨਾ ਕਰਤਾ। ਪਹਿਲਾਂ ਤਾਂ ਅਜੀਤ ਅਖਬਾਰ ਦੇ ਇਹਨਾਂ ਨੇ ਐਡਵਰਟੀਜ਼ਮੈਂਟ 'ਤੇ ਜੋ ਕੁਛ ਵੀ ਸਰਕਾਰ ਇਹਨਾਂ ਦੇ ਰਾਹੀਂ ਸਾਰੇ ਅਖਬਾਰਾਂ ਨੂੰ ਮਦਦ ਕਰਦੀ ਹੈ ਉਹ ਇਹਨਾਂ ਨੇ ਰੋਕੀ। ਉਹਦੇ ਬਾਅਦ ਵੀ ਜੇ ਉਹ ਨਹੀਂ ਰੁਕੇ ਤਾਂ ਅੱਜ ਆ ਖੁੰਦਕ ਹੈ ਵੀ ਆਹ ਜਿਹੜਾ ਇੱਕ ਮੋਨੂਮੈਂਟ ਬਣਾ ਉਹ
उन्हां दी मेहनत उन्हां दे जज्बे दा एक प्रतीक है पंजाब दे लोकां दी भावनावां पंजाब दे लोकां दी आस्था। दरअसल विजिलेंस नूं इही खदशा है कि जो वॉर मेमोरियल बनाया गया इस दे विच काफ़ी गड़बड़ियां आ। 315 करोड़ रुपए का यह प्रोजैक्ट है, इस दे विच जो फंडां दी हेरफेर भी की जा सकती है जिवें बाकी हुण जांच की जा रही है विजिलेंस वालों, चाहे वह कांग्रेस के विधायक होण जां कांग्रेस के मंत्री रह चुके होण, उन्हां दे खिलाफ़ भी विजिलेंस लगातार कार्रवाइया कर रही है। तो हुण इस जांच नूं सिरे चाड़न दे लई भी विजिलेंस ने अपने कदम अगे वधा दिते ने। धन्यवाद।